ਬਈ ਅਸੀਂ 16 ਫਰਵਰੀ ਨੂੰ ਗਏ ਸੀਗੇ ਅਤੇ ਸਾਡਾ ਵਿਜ਼ਿਟ ਵੀਜ਼ਾ ਸੀਗਾ, ਸਾਨੂੰ ਇਹੀ ਗੱਲ ਕਹੀ ਗਈ ਕਿ ਤੁਹਾਡਾ ਵਿਜ਼ਿਟ ਟੂ ਇੰਪਲੋਇਮੈਂਟ ਜਿਹੜਾ ਹੋ ਜਾਏਗਾ। ਪਰ ਨਾ ਤਾਂ ਉੱਥੇ ਕਿਸੇ ਕੰਪਨੀ ਦੇ ਵਿੱਚ ਸਾਨੂੰ ਜਾ ਕੇ ਕੋਈ ਕੰਮ ਮਿਲਿਆ ਅਤੇ ਨਾ ਹੀ ਸਾਡਾ ਜਿਹੜਾ ਵਿਜ਼ਿਟ ਟੂ ਇੰਪਲੋਇਮੈਂਟ ਹੋਇਆ, ਉਲਟਾ ਸਗੋਂ ਸਾਨੂੰ ਫਾਈਨ ਭਰ ਕੇ ਇੱਧਰ ਜਿਹੜਾ ਆਉਣਾ ਪਿਆ। ਤੁਹਾਡੀ ਘਰ ਨਾਲ ਗੱਲਬਾਤ ਹੁੰਦੀ ਰਹੀ ਕੰਟੀ? ਨਹੀਂ ਨਹੀਂ ਸਰ ਜੀ, ਗੱਲਬਾਤ ਕਿੱਥੇ ਹੋਣੀ, ਪੈਸੇ ਹੈ ਨਹੀਂ ਵਾਈਫਾਈ ਚਲਾਉਣ ਲਈ, ਉਦੋਂ ਕਦੇ ਬਿਲਡਿੰਗ ਕਦੇ ਪਰੇ ਉਰੇ, ਫਿਰ ਜਾ ਕੇ 10 ਦਿਨਾਂ ਬਾਅਦ 20 ਦਿਨਾਂ ਬਾਅਦ ਗੱਲ ਹੋ ਗਈ। ਬਸ ਇੱਥੇ ਅੱਜ ਦੋ ਲੜਕੀਆਂ ਵੀ ਜਿਹੜੀਆਂ ਨੇ ਉਹ ਦੂਸਰੇ ਹੋਰ ਜ਼ਿਲ੍ਹੇ ਦੀਆਂ ਸੀਗੀਆਂ, ਦੋ ਲੜਕੀਆਂ ਔਰ ਇਹ ਚਾਰ ਨੌਜਵਾਨ ਜਿਹੜੇ ਆ ਉਹਨਾਂ ਨੂੰ ਅੱਜ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਨੇ ਜਿਹੜੇ ਡਾਕਟਰ ਐਸ ਪੀ ਸਿੰਘ ਉਬਰਾਏ, ਉਹਨਾਂ ਵੱਲੋਂ ਜਿਹੜਾ ਇਹਨਾਂ ਨੂੰ ਉੱਥੋਂ ਛਡਾ ਕੇ ਅਤੇ ਸਹੀ ਸਲਾਮਤ ਉਹਨਾਂ ਦੇ ਪਰਿਵਾਰਾਂ 'ਚ ਘਰਾਂ 'ਚ ਭੇਜਿਆ ਗਿਆ। ਚੈਨਲ ਦੇਖੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਸਵਿੰਦਰ ਬੇਦੀ ਵੱਲੋਂ ਸਤਿ ਸ਼੍ਰੀ ਅਕਾਲ। ਆਏ ਦਿਨ ਨਿੱਤ ਹੀ ਵਿਦੇਸ਼ ਜਾ ਕੇ ਉੱਥੇ ਫਸ ਜਾਂਦੇ ਨੇ ਲੋਕ, ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓ ਵਾਇਰਲ ਹੁੰਦੀਆਂ ਨੇ, ਇੱਥੋਂ ਜਾਂਦੇ ਨੇ ਘਰ ਦੀ ਹਾਲਤ ਠੀਕ ਕਰਨ ਵਾਸਤੇ, ਪੈਸੇ ਕਮਾਉਣ ਵਾਸਤੇ, ਆਪਣੀ ਅਗਲੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਆਪਾਂ ਵਿਦੇਸ਼ ਜਾਂਦੇ ਹਾਂ। ਵਿਦੇਸ਼ ਜਾ ਕੇ ਜਦੋਂ ਪਤਾ ਲੱਗਦਾ ਵੀ ਜੇ ਸਾਡਾ ਵੀਜ਼ਾ ਵਾ ਉਹ ਟੂਰਿਸਟ ਹੈ ਜਾਂ ਅਸੀਂ ਫਸ ਜਾਂਦੇ, ਅੱਗੇ ਕੰਮ ਨਹੀਂ ਮਿਲਦਾ, ਜਿਵੇਂ ਦੋ ਦੋ ਮਹੀਨੇ ਸਾਨੂੰ ਅੰਦਰ ਆਉਣਾ ਪੈਂਦਾ ਹੈ, ਅਤੇ ਕੀ ਹਾਲ ਹੁੰਦਾ ਹੈ। ਐਸੇ ਇਹ ਚਾਰ ਇਨਸਾਨ ਜੋ ਬਟਾਲਾ ਵਿੱਚੋਂ ਗਏ ਨੇ ਦੁਬਈ ਵਿੱਚ ਜਾ ਕੇ ਫਸ ਗਏ ਨੇ, ਏਜੰਟਾਂ ਵੱਲੋਂ ਧੋਖੇਧੜੀ ਦੇ ਕੇਸ ਕਾਫੀ ਸਾਹਮਣੇ ਆਉਣ ਰਹੇ ਨੇ। ਲੇਕਿਨ ਅੱਜ ਇਹ ਚਾਰ ਨੌਜਵਾਨ ਬਟਾਲੇ ਦੇ ਨੇ, ਇਹ ਦੁਬਈ ਗਏ ਸੀ, ਦੁਬਈ ਫਸ ਗਏ ਜਾ ਕੇ। ਉੱਥੇ ਜਾ ਕੇ ਇਹਨਾਂ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਾਲਿਆਂ ਨੂੰ ਜਦੋਂ ਕੰਟੈਕਟ ਕੀਤਾ, ਉਸ ਤੋਂ ਬਾਅਦ ਇਹ ਅੱਜ ਆਪਣੇ ਘਰ ਬਟਾਲੇ ਪਹੁੰਚੇ ਨੇ। ਬਹੁਤ ਦੁਖੀ ਪਰੇਸ਼ਾਨ, ਦੋ ਮਹੀਨੇ ਕਿੱਦਾਂ ਕੱਟੇ ਇਹਨਾਂ ਨੌਜਵਾਨਾਂ ਨੇ, ਇਹਨਾਂ ਗੱਲ ਕਰਦੇ ਹਾਂ ਵੀ ਕਿੱਥੇ ਰਹੇ ਨੇ, ਕਿਹੜੇ ਜੈਂਟਰਾਂ ਗਏ ਨੇ ਅਤੇ ਇਹਨਾਂ ਨੂੰ ਕੀ ਕਮੀ ਪੇਸ਼ੀ ਆਏ ਨੇ ਤਾਂ ਜੋ ਜੇ ਉੱਥੇ ਜਾ ਕੇ ਇਹ ਫਸ ਗਏ ਨੇ। ਅਸੀਂ ਗੱਲ ਕਰਦੇ ਹਾਂ ਉਹਨਾਂ ਨੌਜਵਾਨਾਂ ਨਾਲ ਜਿਹੜੇ ਉੱਥੇ ਗਏ ਨੇ। ਜੀ ਸਤਿ ਸ਼੍ਰੀ ਅਕਾਲ, ਜੋਬਨਜੀਤ ਜੀ। ਮੇਰਾ ਅਵਤਾਰ ਸਿੰਘ। ਤੁਹਾਡਾ ਸਰ? ਕੁਲਵਿੰਦਰ ਸਿੰਘ। ਬਲਜੀਤ ਸਿੰਘ ਜੀ। ਹਾਂਜੀ, ਇਹ ਚਾਰ ਨੌਜਵਾਨ ਨੇ ਜਿਹੜੇ ਵਿਦੇਸ਼ ਗਏ ਸਨ, ਦੁਬਈ ਗਏ ਸਨ, ਲੇਕਿਨ ਫਸ ਗਏ ਨੇ, ਅੱਜ ਦੋਵਾਂ ਮਹੀਨਿਆਂ ਬਾਅਦ ਇਹ ਵਾਪਸ ਆਏ ਨੇ ਦੁਬਈ ਤੋਂ, ਕਿ ਇਹਨਾਂ ਨੂੰ ਕੌਣ ਲੈ ਕੇ ਆਇਆ ਵਾਪਸ, ਅਸੀਂ ਸਾਰੀ ਗੱਲਬਾਤ ਤੁਹਾਨੂੰ ਸਾਹਮਣੇ ਪੇਸ਼ ਕਰਦੇ ਹਾਂ। ਜੀ ਵੀਰ ਜੀ, ਜੀ ਇੱਥੇ ਕੀ ਕੰਮ ਕਰਦੇ ਸੀ, ਕਦੋਂ ਦੁਬਈ ਗਏ ਸੀ? ਇੱਥੇ ਸਰ ਅਸੀਂ ਸਟੀਲ ਦਾ ਕੰਮ ਕਰਦੇ ਸੀਗੇ, ਸਰੀਆ ਬੰਨਣ ਦਾ, ਜਿਹਨੂੰ ਅੱਜ ਕੱਲ੍ਹ ਸਾਡੇ ਇੱਥੇ ਜਾਲ ਬੰਨਣ ਦਾ ਕਹਿ ਦਿੰਦੇ ਆ। ਅਤੇ ਦੁਬਈ ਅਸੀਂ 16 ਫਰਵਰੀ ਨੂੰ ਗਏ ਸੀਗੇ ਅਤੇ ਸਾਡਾ ਵਿਜ਼ਿਟ ਵੀਜ਼ਾ ਸੀਗਾ, ਸਾਨੂੰ ਇਹੀ ਗੱਲ ਕਹੀ ਗਈ ਕਿ ਤੁਹਾਡਾ ਵਿਜ਼ਿਟ ਟੂ ਇੰਪਲੋਇਮੈਂਟ ਜਿਹੜਾ ਹੋ ਜਾਏਗਾ। ਪਰ ਨਾ ਤਾਂ ਉੱਥੇ ਕਿਸੇ ਕੰਪਨੀ ਦੇ ਵਿੱਚ ਸਾਨੂੰ ਜਾ ਕੇ ਕੋਈ ਕੰਮ ਮਿਲਿਆ ਅਤੇ ਨਾ ਹੀ ਸਾਡਾ ਜਿਹੜਾ ਵਿਜ਼ਿਟ ਟੂ ਇੰਪਲੋਇਮੈਂਟ ਹੋਇਆ, ਉਲਟਾ ਸਗੋਂ ਸਾਨੂੰ ਫਾਈਨ ਭਰ ਕੇ ਇੱਧਰ ਜਿਹੜਾ ਆਉਣਾ ਪਿਆ। ਤੁਸੀਂ ਜਦੋਂ ਵੀਜ਼ੇ ਤੋਂ ਮਤਲਬ ਵਿਜ਼ਟਰ ਵੀਜ਼ਾ ਤੋਂ ਨਹੀਂ ਹੋਇਆ ਤੁਹਾਡਾ ਵੀਜ਼ਾ, ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਏਜੰਟਾਂ ਨਾਲ ਕੋਈ ਗੱਲਬਾਤ ਕੀਤੀ? ਕੀਤੀ ਸਰ, ਉਹਨਾਂ ਨੂੰ ਕਹਿੰਦੇ ਰਹੇ ਕਿ ਸਾਡਾ ਇੰਪਲੋਇਮੈਂਟ ਵੀਜ਼ਾ ਜਿਹੜਾ ਕਰਵਾ ਦਿਓ, ਪਰ ਉਹ ਕਹਿੰਦੇ ਕਿ ਕੋਈ ਨਹੀਂ ਅੱਜ ਹੋ ਜਾਂਦਾ, ਭਲਕੇ ਹੋ ਜਾਂਦਾ, ਇੱਦਾਂ ਕਰਦੇ ਕਰਦੇ ਯਾਨੀ ਕਿ ਸਾਡਾ ਜਿਹੜਾ ਵਿਜ਼ਿਟ ਸੀ ਉਹ ਵੀ ਖਤਮ ਹੋ ਗਿਆ ਅਤੇ ਬਾਅਦ ਵਿੱਚ ਅਸੀਂ ਫਾਈਨ 'ਚ ਚੱਲ ਰਹੇ ਗੇ। ਅਤੇ ਫਿਰ ਤੁਸੀਂ ਕਿਤੇ ਇੱਥੇ ਕਿੱਦਾਂ ਪਹੁੰਚੇ, ਤੁਹਾਡੀ ਕਿੰਨੇ ਮਦਦ ਕੀਤੀ ਤੁਹਾਡੀ? ਸਾਡੀ ਡਾਕਟਰ ਅਬਰੋਏ ਸਾਹਿਬ ਨੇ, ਉਹਨਾਂ ਨਾਲ ਅਸੀਂ ਕੰਟੈਕਟ ਕੀਤਾ ਸੀਗਾ ਅਤੇ ਫਿਰ ਜਾ ਕੇ ਜਿਹੜਾ ਅਸੀਂ ਇੱਥੇ ਪਹੁੰਚੇ ਹੈਗੇ। ਉਹਨਾਂ ਨਾਲ ਕੰਟੈਕਟ ਕਿੱਦਾਂ ਹੋਇਆ, ਤੁਹਾਡੇ ਮਨ 'ਚ ਕਿੱਦਾਂ ਆਇਆ ਵੀ ਅਸੀਂ ਕਰੀਏ? ਤਾਂ ਸਰ ਤੁਸੀਂ ਤਾਂ ਫਸੇ ਤੇ, ਜੋ ਬੰਦਾ ਫਸਿਆ ਹੁੰਦਾ ਉਦੋਂ ਸਾਰੇ ਮਤਲਬ ਦਿਮਾਗ ਬੰਦ ਹੋ ਜਾਂਦਾ, ਸੋਚਣਾ ਬੰਦਾ ਬੰਦ ਹੋ ਜਾਂਦਾ। ਹਾਂਜੀ ਹਾਂਜੀ। ਅਤੇ ਸਰ ਅਸੀਂ ਇੱਦਾਂ ਹੀ ਇੱਕਦਮ ਇੱਦਾਂ ਬੈਠੇ ਕਿ ਸਾਨੂੰ ਕੁਝ ਸਮਝਦੇ ਕੁਝ ਲੱਗ ਨਹੀਂ ਰਹੀ ਵੀ ਹੁਣ ਕਿੱਦਾਂ ਜਾਣਾ ਵਾਪਸ। ਫਿਰ ਇੱਕ ਮੁੰਡਾ ਸੀਗਾ ਉੱਥੇ ਰਹਿੰਦਾ ਸੀਗਾ, ਉਹਨੇ ਕਿਹਾ ਸੀਗਾ ਕਿ ਇੱਥੇ ਡਾਕਟਰ ਸਾਹਿਬ ਹੋਣਾ ਬਾਰੇ ਉਹਨੇ ਗੱਲ ਕੀਤੀ ਕਿ ਉਹ ਹੈਗੇ ਨੇ, ਇੱਕ ਵਾਰੀ ਉਹਨਾਂ ਨਾਲ ਕੰਟੈਕਟ ਕਰਕੇ ਵੇਖ ਲਓ। ਅਤੇ ਸਾਡੇ ਕੋਲ ਤਾਂ ਕੋਈ ਕੰਟੈਕਟ ਹੈ ਨਹੀਂ, ਫਿਰ ਅਸੀਂ ਉਹਨਾਂ ਦੀਆਂ ਯੂਟਿਊਬ ਦੇ ਉੱਪਰ ਔਨਲਾਈਨ ਵੀਡੀਓ ਦੇਖੀਆਂ ਜਿਨ੍ਹਾਂ ਵਿੱਚ ਉਹਨਾਂ ਕਾਫੀ ਪੰਜਾਬੀ ਲੜਕੇ ਜਿਹੜੇ ਫਸੇ ਸੀਗੇ ਉਹ ਇੱਧਰ ਭੇਜੇ। ਅਤੇ ਫਿਰ ਉਸ 'ਤੇ ਥੋੜ੍ਹਾ ਉਹ ਵੀਡੀਓ ਦੇਖ ਕੇ ਥੋੜ੍ਹਾ ਜਿਹਾ ਸਾਨੂੰ ਯਕੀਨ ਹੋ ਗਿਆ ਕਿ ਅਸੀਂ ਇੱਥੋਂ ਨਿਕਲ ਸਕਦੇ ਹਾਂ। ਫਿਰ ਅਸੀਂ ਯੂਟਿਊਬ ਦੇ ਉੱਤੋਂ ਉਹਨਾਂ ਦਾ ਜਿਹੜਾ ਨੰਬਰ ਸੀਗਾ ਚੱਕਿਆ, ਕੰਟੈਕਟ ਨੰਬਰ, ਫਿਰ ਅਸੀਂ ਉਹਨਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਫਿਰ ਉਹਨਾਂ ਨਾਲ ਜਿਹੜਾ ਕੰਟੈਕਟ ਹੋਇਆ, ਫਿਰ ਸਾਡੇ ਕੋਲ ਜਿਹੜਾ ਅਗਲੇ ਦਿਨ ਸਾਡੇ ਕੋਲ ਆ ਕੇ ਪਹੁੰਚੇ ਅਤੇ ਸਾਡੀ ਗੱਲਬਾਤ ਜਿਹੜੀ ਸਾਰੀ ਸੁਣੀ ਉਹਨਾਂ। ਅਤੇ ਫਿਰ ਵੀ ਚਲੋ ਸਾਨੂੰ ਇੰਨਾ ਕੁ ਯਕੀਨ ਦਵਾਇਆ ਕਿ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ,
ਅਸੀਂ ਹੈਗੇ ਹਾਂ, ਤੁਹਾਨੂੰ ਭੇਜ ਦਾਂਗੇ ਇੰਡੀਆ, ਨਹੀਂ ਤਾਂ ਸਾਨੂੰ ਤਾਂ ਕੋਈ ਰਸਤਾ ਨਹੀਂ ਵਾਪਸ ਦੇਖ ਰਿਹਾ ਵਾਪਸ ਆਉਣ ਦਾ। ਕੀ ਮਨ 'ਚ ਕੀ ਵਿਚਾਰ ਆਉਂਦਾ ਸੀ ਸਰ ਉਸ ਟਾਈਮ 'ਤੇ? ਇਹੀ ਆਉਂਦਾ ਸੀਗਾ ਕਿ ਪਤਾ ਨਹੀਂ ਹੁਣ ਕੀ ਹੋਣਾ ਆ, ਕਿਉਂਕਿ ਨਾ ਤਾਂ ਏਜੰਟ ਨੇ ਸਾਡਾ ਸਾਥ ਦਿੱਤਾ ਅਤੇ ਘਰ ਦੀ ਹਾਲਤ ਕੁਝ ਇੱਦਾਂ ਦੀ ਕਿ ਘਰ ਦੇ ਵੀ ਸਾਥ ਨਹੀਂ ਦੇ ਸਕਦੇ ਉਸ ਟਾਈਮ, ਕਿਉਂਕਿ ਸਾਰੀ ਫਾਈਨੈਂਸ਼ੀਅਲ ਪ੍ਰੋਬਲਮ ਸੀ ਨਾ ਉਹਦੇ ਕਰਕੇ, ਮਤਲਬ ਕੁਝ ਨਹੀਂ ਸਮਝ ਨਹੀਂ ਲੱਗ ਰਿਹਾ ਇਹ। ਮਤਲਬ ਪੈਸੇ ਚੁੱਕ ਕੇ ਤੁਸੀਂ ਗਏ ਹੁਣ, ਪੈਸੇ ਚੁੱਕ ਕੇ ਗਏ, ਪੈਸੇ ਚੁੱਕ ਕੇ ਗਏ ਗਏ ਅੱਗੇ ਤਾਂ ਕੋਈ ਹੋਰ ਵੀ ਅਸੀਂ ਕਿੱਦਾਂ ਚੱਕ ਸਕਦੇ ਸੀਗੇ, ਕਿਉਂਕਿ ਨਾ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਸਾਡੇ ਹੁੰਦੇ ਨਹੀਂ ਪਏ, ਅਸੀਂ ਤਾਂ ਖੁਦ ਕਰਜ਼ਾ ਚੱਕ ਕੇ ਗਏ ਸੀਗੇ ਅਤੇ ਕੋਈ ਰਸਤਾ ਨਹੀਂ ਸੀ ਸਾਡੇ ਅੱਗੇ ਜਾਣੀ ਕੇ। ਤੁਸੀਂ ਵੀ ਇੱਕੋ ਕੰਮ 'ਚ ਗਏ ਸਰ? ਇੱਕੋ ਕੰਮ 'ਚ? ਹਾਂਜੀ। ਤੁਸੀਂ ਨਾਲ ਇਕੱਠੇ ਗਏ? ਹਾਂਜੀ ਇਕੱਠੇ ਇੱਕੋ ਦਿਨ ਗਏ, ਚੌਵੀ ਇੱਕੋ ਦਿਨ ਗਏ। ਅਤੇ ਕੀ ਜਦੋਂ ਉੱਥੇ ਤੁਸੀਂ ਫਸ ਗਏ ਹੋ ਜਾਂ ਤੁਹਾਡਾ ਵੀਜ਼ਾ ਜਿਹੜਾ ਐਕਸਪਾਇਰ ਹੋ ਗਿਆ ਉੱਥੋਂ ਵਾਲਾ, ਅਤੇ ਉਸ ਤੋਂ ਬਾਅਦ ਕੀ ਸਲਾਹ ਕੀਤੀ ਵੀ ਕੀ ਕਰਨਾ ਆਪਾਂ ਚੋਣ ਜਾ ਕੇ? ਜੋ ਆਪਾਂ ਇੱਕੋ ਹੀ ਸਲਾਹ ਕੀਤੀ ਵੀ ਇੱਕੋ ਦਿਨ ਬੈਠੇ ਹਾਂ ਅਤੇ ਯੂਟਿਊਬ 'ਤੇ ਨੰਬਰ ਵੇਖਿਆ ਡਾਕਟਰ ਸਾਹਿਬ ਦਾ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ, ਅਤੇ ਕਹਿੰਦੇ ਵੀ ਚਲੋ ਗੱਲਬਾਤ ਕਰਕੇ ਚੋਵੇਂ ਜਾਣੇ ਆਪਾਂ ਡਾਕਟਰ ਸਾਹਿਬ ਦੇ ਥਰੂ ਆਏ ਆਪਾਂ। ਨਹੀਂ ਉਦੋਂ ਮਨ 'ਚ ਵਿਚਾਰ ਤਾਂ ਹੁੰਦਾ ਵੀ ਜੇ ਆਪਾਂ 2 ਮਹੀਨੇ ਹੋ ਗਏ, ਜਦੋਂ ਡਾਕਟਰ ਸਾਹਿਬ ਤੁਹਾਡੇ ਮਨ 'ਚ ਨਹੀਂ ਵਿਚਾਰ ਆਇਆ ਕੋਈ, ਉਦੋਂ ਤਾਂ ਮਨ 'ਚ ਕੁਝ ਹੋਏਗਾ ਨਾ ਵੀ ਆਪਾਂ ਨੂੰ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਜਾਂ ਕੀ ਕਰਨਾ ਗਾ ਜਾ ਕੇ? ਉਦੋਂ ਤਾਂ ਇੰਟਰਵਿਊ ਜੋ ਫੋਨ ਕੀਤਾ ਉਸ ਤੋਂ ਬਾਅਦ ਉਹਨੇ ਕੀ ਕੀਤਾ? ਏਜੰਟ ਨੇ ਤਾਂ ਕੁਝ ਨਹੀਂ, ਏਜੰਟ ਤਾਂ ਸਾਰੇ ਛੱਡ ਗਿਆ, ਜਾਂਦਾ ਆਊਟ ਪਾਸ ਨਹੀਂ ਬਣਦੇ, ਇੱਦਾਂ ਉਹ ਅਜੇ ਆ ਬੁਲਾਉਣਾ ਮੁਸ਼ਕਿਲ ਆ, ਮੈਂ ਕਰਦਾ ਗੱਲ ਕਰਦਾ ਬਾਅਦ 'ਚ ਫੋਨ ਵੀ ਕਰਨਾ ਨਾ ਕਰਨਾ। ਏਜੰਟ ਦਾ ਕੀ ਨਾਂ ਜੀ? ਕਸ਼ਮੀਰ ਸਿੰਘ। ਕਿੱਥੋਂ ਦਾ? ਇਹ ਘੁੰਮਣਾ ਦਾ। ਹਾਂਜੀ ਇੱਕ ਗੁਰਜਨ ਸਿੰਘ ਹੈਗਾ ਵਾ ਮੈਮ ਚੱਕਦਾ, ਦੋ ਜਾਣੇ ਆ। ਅਤੇ ਕੀ ਤੁਸੀਂ ਦੱਸ ਰਹੇ ਸੀ ਪਹਿਲਾਂ ਵੀ ਉਹ ਜੋ ਮਤਲਬ ਕਿਸੇ ਰਾਜਨੀਤਿਕ ਨੇਤਾ ਦੇ ਨਾਲ ਧਮਕੀ ਦੇਣ ਦੇ ਤੁਹਾਨੂੰ? ਨਹੀਂ ਨਹੀਂ ਧਮਕੀ ਤਾਂ ਦਿੱਤੀ ਸੀ, ਕਹਿੰਦੇ ਵੀ ਇਹ ਮੇਰੀ ਉਹਨਾਂ ਨਾਲ ਬਹਿਣੀ ਖਲੋਣੀ ਹੈਗੀ ਬਸ ਇੱਦਾਂ ਹੀ ਕਿਹਾ। ਆ ਬਾਜਵੇ ਆ ਕੋਈ MLA ਉਹਦਾ ਨਾਂ ਲੈਂਦਾ ਸੀ, ਨਾਂ ਯਾਦ ਨਹੀਂ ਉਹ ਚੰਗੀ ਤਰ੍ਹਾਂ ਜੀ। ਇਹ ਵੀ ਹੋ ਰਿਹਾ ਜੀ ਵੀ ਤੁਸੀਂ ਵੀ ਇਹੋ ਜਿਹੇ ਸਟੀਲ ਦੇ ਕੰਮ 'ਚ? ਹਾਂਜੀ। ਸਾਰੇ ਚਾਰੇ ਇਕੱਠਿਆਂ ਦੀ ਫਲੈਟ ਇੱਥੋਂ ਗਈ ਸੀ ਅਤੇ ਹੁਣ ਤੁਸੀਂ ਘਰ ਪਹੁੰਚੇ ਹੋ, ਤਾਂ ਕਿੰਨੀ ਖੁਸ਼ੀ ਮਹਿਸੂਸ ਕਰਨ ਡੇ 2 ਮਹੀਨਿਆਂ ਬਾਅਦ? ਖੁਸ਼ੀ ਮਹਿਸੂਸ ਹੋਣ ਡੀ ਆ ਅਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਓਬਰਾਏ ਸਰ ਹੋਣਾ ਦਾ, ਅਤੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੇ ਬੜਾ ਵਧੀਆ ਯਾਨੀ ਕਿ ਸਾਨੂੰ ਘਰ ਤੀਗਾ ਪਹੁੰਚਾ ਤਾ, ਸਾਡਾ ਸਾਰਾ ਖਰਚਾ ਉਹਨਾਂ ਨੇ ਕੀਤਾ, ਅਸੀਂ ਬਹੁਤ ਧੰਨਵਾਦ ਕਰਦੇ ਉਹਨਾਂ ਦਾ। ਅਤੇ ਜੇ ਡਾਕਟਰ ਓਬਰਾਏ ਤੁਹਾਡੀ ਮਦਦ ਨਾ ਕਰਦੇ, ਬਾਈ ਚਾਂਸ ਤੁਹਾਡੇ ਦਿਮਾਗ 'ਚ ਨਾ ਆਉਂਦਾ ਇਸ ਪਾਸੇ ਧਿਆਨ ਜਾਣ ਨੂੰ, ਅਤੇ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਣਾ ਸੀ? ਅਗਲਾ ਸਟੈਪ ਸਰ ਦਿਮਾਗ 'ਚ ਹੈ ਨਹੀਂ ਕੋਈ ਕਿ ਕਿੱਦਾਂ ਨਿਕਲਾਂਗੇ ਕਿਵੇਂ ਨਿਕਲਾਂਗੇ। ਏਜੰਟ ਸਾਡਾ ਤਾਂ ਕਹਿੰਦਾ ਸੀ ਕਿ ਅੱਜ ਆਉਂਦਾ ਕੱਲ੍ਹ ਆਉਂਦਾ ਭਲ ਕੇ ਆਉਂਦਾ, ਅਤੇ ਹੌਲੀ ਹੌਲੀ ਫਿਰ ਫੋਨ ਚੁੱਕਣਾ ਹਟ ਗਿਆ, ਅਤੇ ਫਿਰ ਅਸੀਂ ਉਹਨਾਂ ਸਰ ਹੋਣਾ ਦਾ ਨੰਬਰ ਲਿਆ ਯੂਟਿਊਬ ਤੋਂ ਚੱਕਿਆ, ਫਿਰ ਉਹਨਾਂ ਨੂੰ ਕਾਲ ਕੀਤੀ ਅਤੇ ਫਿਰ ਉਹ ਆ ਗਏ ਉੱਥੇ ਵੇਲੇ, ਫਿਰ ਸਾਨੂੰ ਥੋੜ੍ਹੀ ਆਸ ਹੋਈ ਕਿ ਹੁਣ ਅਸੀਂ ਜਾ ਸਕਦੇ ਇੰਡੀਆ। ਮਨ 'ਚ ਵਿੱਚ ਕੁਝ ਆਸ ਬੱਝੀ ਵੀ ਠੀਕ ਹੈ ਵੀ ਸਾਡੇ ਸਿਰ 'ਤੇ ਹੈਗਾ ਕੋਈ, ਅਸੀਂ ਵਾਪਸ ਆ ਸਕਦੇ ਹਾਂ, ਅਤੇ ਤੁਹਾਡੀ ਘਰ ਨਾਲ ਗੱਲਬਾਤ ਹੁੰਦੀ ਰਹੀ ਕੰਟੀਨਿਊ? ਨਹੀਂ ਨਹੀਂ ਸਰ ਜੀ ਗੱਲਬਾਤ ਕਿੱਥੇ ਹੋਣੀ, ਪੈਸੇ ਹੈ ਨਹੀਂ ਵਾਈਫਾਈ ਚਲਾਉਣ ਲਈ, ਉਦੋਂ ਕਦੇ ਬਿਲਡਿੰਗ ਕਦੇ ਪਰੇ ਉਰੇ, ਫਿਰ ਜਾ ਕੇ 10 ਦਿਨਾਂ ਬਾਅਦ 20 ਦਿਨਾਂ ਬਾਅਦ ਗੱਲ ਹੋ ਗਈ ਬਸ ਇੱਦਾਂ ਹੀ। ਜੋ ਘਰਦੇ ਨਾਲ ਗੱਲ ਹੁੰਦੀ ਤਾਂ ਘਰਦੇ ਤੁਸੀਂ ਕੀ ਕਹਿੰਦੇ ਸੀ ਆਪਾਂ ਮਤਲਬ ਫਸ ਗਏ ਜਾਂ ਕਿੱਦਾਂ ਕੀ ਗੱਲਬਾਤ ਹੋਈ ਤੁਹਾਡੀ? ਪਹਿਲਾਂ ਤਾਂ ਆਪਾਂ ਥੋੜ੍ਹੇ ਦਿਨ ਘਰ ਦੱਸਿਆ ਨਹੀਂ ਵੀ ਚੱਲ ਐਵੇਂ ਘਰ ਨੂੰ ਟੈਨਸ਼ਨ ਦੇਣੀ ਹੈਗੀ, ਬਾਅਦ ਜਦੋਂ ਪਤਾ ਲੱਗਿਆ ਵੀ ਨਹੀਂ ਗਾ ਮੈਨੂੰ ਘਰ ਦੱਸਿਆ, ਘਰਦੇ ਕਹਿੰਦੇ ਵੀ ਵਾਪਸ ਆ ਜਾ, ਤੋ ਅਸੀਂ ਏਜੰਟ ਨੂੰ ਫੋਨ ਚੱਕੀ, ਏਜੰਟ ਤੁਹਾਡਾ ਫੋਨ ਨਹੀਂ ਚੱਕਦਾ ਹੈ ਨਾ, ਰੋਟੀ ਵਾਸਤੇ ਪੈਸੇ ਭੇਜਦਾ ਬਸ, ਇੱਕ ਦੋ ਵਾਰੀ ਬਸ ਉਹਨੇ 20 ਰੁਪਏ ਪਾਏ ਤੁਹਾਨੂੰ ਪਤਾ ਦਰਾਮ, ਉਹਨਾਂ 5 ਰੁਪਏ ਦੀ ਇੱਕ ਟਾਈਮ 'ਤੇ ਬੰਦਾ ਰੋਟੀ ਖਾਂਦਾ, ਬਸ ਇਹੀ ਵਾ ਫੋਨ ਚੱਕਦਾ ਨਹੀਂ। ਫਿਰ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ, ਬਸ ਉਹਨਾਂ ਦਾ ਧੰਨਵਾਦ ਕਰੇ ਦੇ ਵੀ ਇੱਥੇ ਪਹੁੰਚਾਇਆ ਨੂੰ। ਅਤੇ ਹੁਣ ਗਾਹ ਤੁਹਾਡਾ ਕੀ ਹੋਏਗਾ ਉਸ ਏਜੰਟ 'ਤੇ ਕਾਰਵਾਈ ਕਰਾਓਗੇ ਕੋਈ? ਹਾਂਜੀ ਹਾਂਜੀ ਹੋਣੀ ਚਾਹੀਦੀ ਹੈ ਜੀ, ਕਾਰਵਾਈ ਕਰਾਓਗੇ? ਕਾਰਵਾਈ ਜੋ ਡਾਕਟਰ ਸਾਹਿਬ ਕਹਿਣਗੇ ਬਸ ਉਹੀ ਕਰਾਂਗੇ ਜੀ। ਡਾਕਟਰ ਸਾਹਿਬ ਕਹਿਣਗੇ ਛੱਡ ਦਿਓ ਛੱਡ ਦਿਓਗੇ? ਕੋਈ ਤੁਹਾਡੇ ਪੈਸੇ ਲੱਗਣੇ, ਕਿੰਨੇ ਕਿੰਨੇ ਪੈਸੇ ਦੇ ਕੇ ਗਏ ਸੀ ਤੁਸੀਂ? 65,000 64 ਜਣੇ, ਮਤਲਬ ਇੱਕ ਜਣ ਦਾ 65,000 ਜੀ। 65,000 ਤੁਸੀਂ ਕਿੱਦਾਂ ਕਮਾਇਆ, ਦਿਹਾੜੀਆਂ ਲਾ ਕੇ ਕਮਾਇਆ ਇੱਥੇ, ਅਤੇ ਤੁਸੀਂ ਛੱਡ ਦਿਓ ਕਿੱਦਾਂ ਫਿਰ? ਸਰ ਛੱਡਿਆ ਤਾਂ ਨਹੀਂ ਜਾਂਦਾ ਸਰ, ਇਹ ਆ ਵੀ ਅਸੀਂ ਤਾਂ ਓਬਰਾਏ ਸਾਹਿਬ ਹੋਣਾ ਨਾਲ ਅਸੀਂ ਇੱਕ ਕੰਟੈਕਟ ਦੇ ਵਿੱਚ ਲੈ ਕੇ ਅਸੀਂ ਉਹਨਾਂ ਨਾਲ ਇਹੀ ਗੱਲ ਕੀਤੀ ਸੀ ਕਿ ਸਾਡੇ ਜਿਹੜੇ ਪੈਸੇ ਆ, ਕਿਉਂਕਿ ਅਸੀਂ ਚੁੱਕ ਕੇ ਗਏ ਹਾਂ, ਸਾਨੂੰ ਪੈਸੇ ਜਿਹੜੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਸਾਡੇ ਪੈਸੇ ਜਿਹੜੇ ਵਾਪਸ ਕਰੋ ਉਹ ਹੋ ਜਾਣ। ਤੁਸੀਂ ਪੈਸੇ ਕਮਾਏ 65,000 ਰੁਪਈਆ, ਆਮ ਨਹੀਂ ਕਮਾਇਆ ਜਾਂਦਾ, ਦਿਹਾੜੀਆਂ ਲਾ ਸਰ, ਛੱਡਿਆ ਥੋੜ੍ਹੀ ਜਾਂਦਾ, ਉਹ ਛੱਡ ਥੋੜ੍ਹੀ ਸਕਦੇ ਉਹਨੂੰ, ਉਹ ਤਾਂ ਅਸੀਂ ਜਿਹੜੇ ਲਾਏ ਆ ਉਹ ਤਾਂ ਵਾਪਸ ਲਵਾਂਗੇ ਜੀ, ਇਸ ਕਰਕੇ ਉਹਨਾਂ ਨਾਲ ਉਹਨਾਂ ਦਾ ਸਹਿਯੋਗ ਚਾਹੀਦਾ ਸਾਨੂੰ, ਕਿਉਂਕਿ ਸਾਰਾ ਕੁਝ ਉਹਨਾਂ ਨੇ ਕਰਵਾਉਣਾ। ਤੁਸੀਂ ਹੁਣ ਉਮੀਦ ਹੈ ਕਿ ਸਾਨੂੰ ਮਿਲ ਜਾਣਗੇ ਜਿੰਨਾ ਤੱਕ ਉਹ ਹੈਗੇ ਸਾਡੇ ਨਾਲ? ਤੁਸੀਂ ਕਰੋਗੇ ਤਾਂ ਪੁਲਿਸ ਕਾਰਵਾਈ ਕਰਾਓ, ਬਿਲਕੁਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜੇ, ਜਿੱਦਾਂ ਕਹਿਣਗੇ ਅਸੀਂ ਉੱਦਾਂ ਕਰਾਂਗੇ। ਤੁਸੀਂ ਹੁਣ ਡਾਕਟਰ ਓਬਰਾਏ ਦਾ ਕੀ ਸੁਨੇਹਾ ਦੇਣਾ ਚਾਹੋਗੇ? ਅਸੀਂ ਤਾਂ ਸਰ ਉਹਨਾਂ ਦਾ ਬਹੁਤ ਧੰਨਵਾਦ ਕਰਦੇ, ਬਸ ਪਿੰਡ ਪਹੁੰਚਾ, ਪਿੰਡ ਪਹੁੰਚਾ ਤਾ ਆ, ਚਲੋ ਜਿੱਦਾਂ ਵੀ ਜਲਦੀ ਤੋਂ ਜਲਦੀ ਜਿਹੜੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਕੀਤੀ ਜਾਵੇ, ਅਤੇ ਚਲੋ ਜੋ ਵੀ
ਜੀ ਇਹ ਸਨ ਚਾਰ ਨੌਜਵਾਨ ਜਿਹੜੇ ਦੁਬਈ ਤੋਂ ਵਾਪਸ ਪਰਤ ਕੇ ਆਏ ਨੇ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਾਲਿਆਂ ਦੇ ਡਾਕਟਰ ਓਬਰਾਏ ਨੇ, ਉਹਨਾਂ ਨੇ ਸਾਰਾ ਖਰਚਾ ਕਰਕੇ ਜੋ ਵੀ ਜੁਰਮਾਨਾ ਵਗੈਰਾ ਸੀ ਉੱਥੋਂ ਭਰ ਕੇ ਇਹਨਾਂ ਪਾਸਪੋਰਟ ਦਵਾ ਕੇ ਜਹਾਜ਼ 'ਚ ਬਿਠਾ ਕੇ ਜਹਾਜ਼ ਦੀਆਂ ਟਿਕਟਾਂ ਲੈ ਕੇ ਅਤੇ ਘਰ ਤੱਕ ਪਹੁੰਚਾਇਆ। ਹੋਰ ਵੀ ਬਥੇਰੇ ਨੇਕ ਕੰਮ ਕੀਤੇ ਨੇ, ਸੇਵਾ ਭਾਵਨਾ ਕਰਨ ਕੰਮ ਕਰਦੇ ਨੇ, ਲੋਕਡਾਊਨ 'ਚ ਵੀ ਕਾਫੀ ਕੰਮ ਕੀਤੇ ਨੇ ਅਤੇ ਬਾਹਰ ਦੇ ਪ੍ਰਤੀ ਇੰਨਾ ਕੁ ਲੋਇਲ ਹੈਗੇ ਨੇ ਕਿ ਬਾਹਰੋਂ ਕੋਈ ਵੀ ਨੌਜਵਾਨ ਜਾਂ ਪੰਜਾਬ ਦਾ ਕੋਈ ਫਸਿਆ ਹੁੰਦਾ ਅਤੇ ਉਹਨੂੰ ਉਹ ਘਰ ਤੱਕ ਪਹੁੰਚਾਉਂਦੇ ਨੇ। ਉਹਨਾਂ ਦੇ ਸਾਡੇ ਮੈਂਬਰ ਵੀ ਉਹਨਾਂ ਨਾਲ ਨੇ ਸਾਡੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਕੀ ਨਾਮ ਵਿੱਚ ਆਪਾਂ? ਰਵਿੰਦਰ ਸਿੰਘ ਮਠਾਰੂ, ਮੈਂ ਇੱਥੇ ਜ਼ਿਲ੍ਹਾ ਗੁਰਦਾਸਪੁਰ ਦਾ ਸੇਵਾਦਾਰ ਹਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ। ਮੇਰੇ ਨਾਲ ਹਰਮਿੰਦਰ ਸਿੰਘ ਜਨਰਲ ਸੈਕਟਰੀ ਨੇ, ਔਰ ਇਹਨਾਂ ਚਾਰ ਨੌਜਵਾਨਾਂ ਨੂੰ ਅੱਜ ਓਬਰਾਏ ਸਾਹਿਬ ਨੇ ਦੁਬਈ ਤੋਂ ਸਹੀ ਸਲਾਮਤ ਜਿਹੜਾ ਉਹ ਭੇਜਿਆ, ਔਰ ਇਹਨਾਂ ਨੂੰ ਅਸੀਂ ਅੱਜ ਅੰਮ੍ਰਿਤਸਰ ਏਅਰਪੋਰਟ ਤੋਂ ਲੈ ਕੇ ਅਤੇ ਇੱਥੇ ਪਿੰਡ ਪਹੁੰਚੇ ਆ। ਇਹ ਸ਼ੰਕਰਪੁਰਾ ਪਿੰਡ ਦੇ ਰਹਿਣ ਵਾਲੇ ਨੌਜਵਾਨ ਨੇ ਜੋ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਂਦਾ, ਔਰ ਇਹ ਕਿਸੇ ਏਜੰਟ ਦੇ ਚੁੰਗਲ ਵਿੱਚ ਉੱਥੇ ਫਸੇ ਪਏ ਸੀ। ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਇਹ ਨੌਜਵਾਨ ਉੱਥੇ? ਮੈਨੂੰ ਓਬਰਾਏ ਸਾਹਿਬ ਨੇ ਸਾਰੀ ਜਾਣਕਾਰੀ ਦਿੱਤੀ ਸੀਗੀ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਜਿਹੜੇ ਚਾਰ ਨੌਜਵਾਨ ਨੇ ਅਤੇ ਉਹ ਅੱਜ ਆ ਰਹੇ ਆ, ਅਤੇ ਅੰਮ੍ਰਿਤਸਰ ਦੀ ਟੀਮ ਵੀ ਸਾਡੀ ਉੱਥੇ ਪਹੁੰਚੀ ਸੀ ਜੀ ਆਪਣਾ ਅੰਮ੍ਰਿਤਸਰ ਏਅਰਪੋਰਟ 'ਤੇ। ਅਤੇ ਅੱਜ ਦੋ ਲੜਕੀਆਂ ਵੀ ਜਿਹੜੀਆਂ ਨੇ ਉਹ ਦੂਸਰੇ ਹੋਰ ਜ਼ਿਲ੍ਹੇ ਦੀਆਂ ਸੀਗੀਆਂ, ਦੋ ਲੜਕੀਆਂ ਔਰ ਇਹ ਚਾਰ ਨੌਜਵਾਨ ਜਿਹੜੇ ਆ ਉਹਨਾਂ ਨੂੰ ਅੱਜ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਨੇ ਜਿਹੜੇ ਡਾਕਟਰ ਐੱਸ ਪੀ ਸਿੰਘ ਓਬਰਾਏ, ਉਹਨਾਂ ਵੱਲੋਂ ਜਿਹੜਾ ਇਹਨਾਂ ਨੂੰ ਉੱਥੋਂ ਛਡਾ ਕੇ ਅਤੇ ਸਹੀ ਸਲਾਮਤ ਉਹਨਾਂ ਦੇ ਪਰਿਵਾਰਾਂ 'ਚ ਘਰਾਂ 'ਚ ਭੇਜਿਆ ਗਿਆ ਜੀ। ਅਤੇ ਉਹ ਲੜਕੀਆਂ ਵੀ ਉੱਥੇ ਦੁਬਈ ਸੀ? ਬਿਲਕੁਲ ਜੀ, ਉਹ ਵੀ ਲੜਕੀਆਂ ਉੱਥੇ ਫਸੀਆਂ ਪਈਆਂ ਸੀਗੀਆਂ, ਔਰ ਉਹਨਾਂ ਨੂੰ ਵੀ ਓਬਰਾਏ ਸਾਹਿਬ ਨੇ ਜਿਹੜਾ ਉਹ ਭੇਜਿਆ ਜੀ। ਅੱਜ ਇਹਨਾਂ ਦਾ ਸਾਰਾ ਉੱਥੋਂ ਮੈਡੀਕਲ ਕਰਵਾ ਕੇ ਇਹਨਾਂ ਨੂੰ ਜਿਹੜਾ ਉਹ ਪਲੇਨ ਦੇ ਰਾਹੀਂ ਅੱਜ ਭੇਜਿਆ ਗਿਆ ਜੀ ਘਰਾਂ 'ਚ ਜੀ। ਇਹ ਸਨ ਸਾਡੇ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ ਸਨ ਮਠਾਰੂ ਜੀ, ਜ਼ਿਲ੍ਹਾ ਗੁਰਦਾਸਪੁਰ ਦੇ ਇੰਚਾਰਜ ਨੇ, ਸਾਰਾ ਦੇ ਰੇਖ ਇਹਨਾਂ ਵਿੱਚ ਆ। ਅਤੇ ਸੋ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਏਜੰਟ ਨੇ, ਏਜੰਟਾਂ ਦੇ ਆਪਾਂ ਚੁੰਗਲ 'ਚ ਨਾ ਫਸੀਏ, ਇੱਕ ਨੰਬਰ 'ਚ ਜਾਈਏ, ਦੋ ਨੰਬਰ 'ਚ ਨਾ ਜਾਈਏ, ਚੰਗੀ ਤਰ੍ਹਾਂ ਵੀਜ਼ਾ ਜਿਹੜਾ ਹੈਗਾ ਉਹ ਆਪਾਂ ਵੈਰੀਫਾਈ ਕਰਕੇ ਫਿਰ ਜਾਈਏ, ਕਿਉਂਕਿ ਹੱਕ ਹਲਾਲ ਦੀ ਕਮਾਈ ਸਾਡੀ ਹੁੰਦੀ ਹੈ, ਆਪਾਂ ਦਿਹਾੜੀਆਂ ਲਾ ਕੇ ਕਮਾਉਂਦੇ ਹਾਂ ਜਾਂ ਕਰਜ਼ਾ ਚੁੱਕ ਕੇ ਜਾਂਦੇ ਹਾਂ, ਅਤੇ ਏਜੰਟ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਇਹੋ ਜਿਹਿਆਂ ਨੂੰ ਠੱਗ ਕੇ ਗਾਂਹ ਜਾਂਦੇ, ਮੁੜ ਕੇ ਉਹਨਾਂ ਦਾ ਫੋਨ ਨਹੀਂ ਚੁੱਕਦੇ ਅਤੇ ਮੁੜ ਕੇ ਧਮਕੀਆਂ ਲਾਉਂਦੇ ਨੇ। ਸੋ ਆਪਾਂ ਇਹੀ ਤੁਹਾਨੂੰ ਦੱਸਦੇ ਹੋਗੇ ਵੀ ਸਹੀ ਤਰੀਕੇ ਜਾਈਏ ਅਤੇ ਸਾਫ ਏਜੰਟ ਲਈਏ ਅਤੇ ਸਹੀ ਤਰੀਕੇ ਨਾਲ ਆਪਾਂ ਵਾਪਸ ਉਹਦੇ ਕੰਮ ਕਰੀਏ, ਕਿਉਂਕਿ ਆਪਾਂ ਅਸੀਂ ਆਪਣਾ ਜਿਹੜਾ ਘਰ ਦਾ ਵਾ ਉਹ ਆਪਾਂ ਗਾਂ ਚੰਗਾ ਵਤੀਰਾ ਕਰਕੇ ਚੰਗਾ ਜਿਉਣਾ ਜਿਉਣ ਕਰਕੇ ਹੀ ਆਪਾਂ ਬਾਹਰ ਜਾਂਦੇ ਹਾਂ ਪੈਸੇ ਕਮਾਉਣ ਵਾਸਤੇ। ਕੈਮਰਾ ਪਰਸਨ ਜਤਿੰਦਰ ਕੁੰਡਾ ਨਾਲ ਜਸਵਿੰਦਰ ਬੇਦੀ, ਪ੍ਰਾਈਮ ਉਦੇ, ਗੁਰਦਾਸਪੁਰ।